सुजानपुर में सफाई व्यवस्था इस तरह चरमरा चुकी है कि गली मोहल्ले तो क्या, जिंदगी की आखिरी मंजिल यानी शमशान घाट भी इससे छूते नहीं रहे हैं। सुजानपुर के शमशान घाट के बाहर कूड़े के ढेर व नाले के गंदे पानी की तस्वीरें हालात साफ बयां कर रही हैं। पार्षद सुरेंद्र मन्हास ने काउंसिल की कार्यप्रणाली पर सवाल उठाए व चेतावनी दी कि जल्द समस्या का समाधान करवाया जाए। वहीं सैनिटरी इंस्पेक्टर रघु गुप्ता ने इस बारे में क्या कहा, आपको सुनाते हैं। ਸ਼ਹਿਰ ਦੀ ਮਤਲਬ ਜਿਹੜੀ ਹੈ ਇਹ ਹੁਣ ਵਿਚਾਰੀ ਡੈੱਡ ਬਾਡੀ ਲੈ ਕੇ ਆਏ ਹਾਂ ਅਸੀਂ ਉੱਥੋਂ ਸ਼ਹੀਦ ਭਗਤ ਸਿੰਘ ਕਲੋਨੀ ਤੋਂ ਅਤੇ ਆਹ ਇੰਟਰੈਂਸ ਵਿੱਚ ਮਤਲਬ ਜਿਹੜੀ ਇਹ ਹਾਲਤ ਹੈ ਵੀ ਸ਼ਹਿਰ ਦਾ ਜਿਹੜਾ ਇੱਕ ਤਾਂ ਰੈਪੂਟੇਸ਼ਨ ਬਹੁਤ ਖਰਾਬ ਹੁੰਦਾ ਹੈ ਅਤੇ ਦੂਸਰਾ ਵੀ ਜਿੰਨੇ ਵੀ ਇੱਥੋਂ ਮਗਰ ਆ ਰਹੇ ਸੀ ਉਦੋਂ ਫਿਊਨਰਲ ਅਟੈਂਡ ਕਰਨ ਵਾਸਤੇ ਅਤੇ ਸਾਰਿਆਂ ਨੂੰ ਮਤਲਬ ਜਿਹੜਾ ਸੀਗਾ ਬੜੇ ਜੁੱਤੀਆਂ ਲਾ ਕੇ ਤਕਰੀਬਨ ਅੰਦਰ ਗਏ ਨੇ ਅਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਸਰ, ਖਾਸ ਕਰਕੇ ਪ੍ਰਧਾਨ ਸਾਹਿਬ ਕੋਲੋਂ ਵੀ ਇਹ ਚੀਜ਼ ਬਾਰੇ ਜਿਹੜਾ ਖਿਆਲ ਰੱਖਿਆ ਜਾਏ, ਟਾਈਮ ਟੂ ਟਾਈਮ ਜਿਹੜੀ ਇਹਦੀ ਆ ਉਹ ਕਲੀਨਿੰਗ ਕਰਾਈ ਜਾਏ। ਆਪਾਂ ਇੱਥੇ ਆਏ ਹਾਂ ਡੈੱਡ ਬੋਡੀ ਲੈ ਕੇ, ਅੱਜ ਤੋਂ ਇੱਕ ਹਫ਼ਤਾ ਪਹਿਲਾਂ ਵੀ ਆਪਾਂ ਇੱਥੇ ਆਏ ਸੀ, ਉਦੋਂ ਵੀ ਇਹ ਸਮੱਸਿਆ ਹੈਗੀ ਸੀ ਔਰ ਅੱਜ ਵੀ ਇਹੋ ਸਮੱਸਿਆ ਹੈਗੀ ਆ। ਉਸ ਦਿਨ ਵੀ ਆਪਾਂ ਇਹ ਕਹਿ ਰਹੇ ਸੀ ਪ੍ਰਸ਼ਾਸਨ ਨੂੰ ਕਿ ਬਈ ਇਹਨੂੰ ਸਾਫ਼ ਸੁਥਰਾ ਕੀਤਾ ਜਾਏ ਤਾਂ ਕਿ ਜਦੋਂ ਬਾਹਰੋਂ ਲੋਕ ਆਉਂਦੇ ਆ ਅੰਦਰ ਸ਼ਹਿਰ ਦੇ ਤਾਂ ਆਉਂਦੇ ਆ, ਜੋ ਬਾਹਰੋਂ ਵੀ ਲੋਕ ਆਉਂਦੇ ਉਹਨਾਂ ਦੇ ਵੀ ਸ਼ਹਿਰ ਦੇ ਬਾਰੇ ਬਹੁਤ ਗਲਤ ਪ੍ਰਭਾਵ ਪੈਂਦਾ। ਇਹਨਾਂ ਦੇ ਹਸਬੈਂਡ ਦੀ ਡੈੱਥ ਹੋਈ ਹੈ ਨਾ, ਉਹ ਅਪੰਗ ਨੇ ਵਿਚਾਰੇ ਔਰ ਬੜੀ ਮੁਸ਼ਕਿਲ ਨਾਲ ਇੱਧਰ ਨੂੰ ਆਏ ਹੈ, ਠੀਕ ਹੈ। ਅਤੇ ਪ੍ਰਸ਼ਾਸਨ ਨੂੰ ਚਾਹੀਦਾ ਕਮ ਸੇ ਕਮ ਆਉਂ ਤਾਂ ਧਾਰਮਿਕ ਬੜੇ ਲੋਕ ਨੇ ਅਤੇ ਇਹ ਜਿਹੜਾ ਸਥਾਨ ਲਈ ਜਰਾ ਕੁ ਕਰਨ ਰਸਤਾ ਸਾਫ਼, ਬਸ ਇਹੋ ਹੀ ਗੁਜ਼ਾਰਿਸ਼ ਹੈ। ਹੋਈ ਹੈ ਉਸ ਡੈੱਥ ਦੇ ਦੌਰਾਨ ਇੱਥੇ ਸੰਸਕਾਰ ਵਾਸਤੇ ਸਾਰੀ ਜਨਤਾ ਜਿਹੜੇ ਲੋਕ ਆਏ ਨੇ, ਲੋਕਾਂ ਨੇ ਇਹ ਹਾਲ ਸੀਗਾ ਕਿ ਲੋਕਾਂ ਨੇ ਉਹਦੇ ਸੰਸਕਾਰ ਵਾਸਤੇ ਜਿਸ ਵੇਲੇ ਸ਼ਵ ਯਾਤਰਾ ਚੁੱਕੀ ਦੀ ਸੀਗੀ ਅਤੇ ਆਪਣੇ ਬੂਟ ਬਾਟ ਖੋਲ੍ਹ ਕੇ ਜਿਹੜੀ ਉਹ ਸ਼ਵ ਯਾਤਰਾ ਅੰਦਰ ਪਜਾਈ ਹੈ। ਨਗਰ ਕੌਂਸਲ ਨੂੰ ਇਹ ਪਹਿਲੇ ਵੀ ਬੜੀ ਵਾਰ ਚਿਤਾਇਆ ਗਿਆ ਕਿ ਜਿਹੜਾ ਇਹ ਸਫਾਈ ਦਾ ਮੁੱਦਾ ਇਹਦੇ 'ਤੇ ਖਾਸ ਤੌਰ 'ਤੇ ਜਿਹੜਾ ਧਿਆਨ ਦਿੱਤਾ ਜਾਏ। ਇਹ ਕਈ ਵਾਰ ਕਹਿਣ ਤੋਂ ਬਾਵਜੂਦ ਵੀ ਜਿਹੜਾ ਸ਼ਮਸ਼ਾਨ ਘਾਟ ਜਿਹੜਾ ਹੈਗਾ ਲਾਸਟ ਜਿਹੜਾ ਅੰਤਿਮ ਘਰ ਹੈ, ਇਹਨੂੰ ਬਿਲਕੁਲ ਸਾਫ਼ ਸੁਥਰਾ ਚਾਹੀਦਾ, ਇਹੋ ਜਿਹੀ ਗੰਦਗੀ ਦਾ ਨਹੀਂ ਚਾਹੀਦਾ। ਮੇਰੀ ਫਿਰ ਇੱਕ ਵਾਰ ਚੇਤਾਵਨੀ ਹੈ ਵੀ ਅਗਰ ਇਸ ਵਾਰ ਔਰ ਗੌਰ ਨਾ ਕੀਤਾ ਗਿਆ ਤਾਂ ਤੁਸੀਂ ਸਮਝ ਸਕਦੇ ਹੋ ਵੀ ਕੀ ਇਹਦਾ ਹਾਲ ਕੀਤਾ ਜਾਏਗਾ। ਅਸੀਂ ਕੰਪਲੇਂਟ ਰਿਮੂਵ ਕਰਤੀ ਹੈ, ਨਾਲੇ ਚੱਲ ਪਿਆ। ਐਕਚੁਲੀ ਸਾਡੀ ਲੋਕਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਜਿਹੜਾ ਡਸਟਬੀਨ ਆ ਨਾਲੇ 'ਚ ਨਾ ਸੁੱਟੋ। ਥਰਮਾਕੋਲ ਪਲਾਸਟਿਕ ਵਗੈਰਾ ਜਿਹੜਾ ਆਪਣਾ ਡਿਸਪੋਜ਼ਲ ਸਮਾਨ ਅਕਸਰ ਉੱਥੇ ਫਸਦਾ, ਜਿਸ ਕਾਰਨ ਇਹ ਪ੍ਰੋਬਲਮ ਆਉਂਦੀ ਹੈ। ਅਸੀਂ ਇਹ ਰਿਮੂਵ ਕਰਤਾ ਕੰਪਲੇਂਟ, ਜਿਹੜੇ ਡਿਸਪੋਜ਼ਲ ਵਗੈਰਾ ਜੋ ਫਸਿਆ ਸੀ ਉਹ ਅਸੀਂ ਰਿਮੂਵ ਕਰਤਾ, ਉਹ ਨਾਲਾ ਚੱਲ ਪਿਆ।